ਸਰਕਾਰਾਂ ਵੱਲੋਂ ਗਲੀ ਨਾ ਬਣਾਉਣ ਅਤੇ ਵਾਰਡ ਵਾਸੀਆਂ ਵੱਲੋਂ ਅਨੋਖੇ ਤਰੀਕੇ ਨਾਲ ਕੀਤਾ ਗਿਆ ਪ੍ਰਦਰਸ਼ਨ। ਕੇਕ ਕੱਟਿਆ ਗਿਆ ਅਤੇ ਨਾਲ ਗਲੀ ਪੁੱਟ ਦਿਵਸ ਮਨਾਇਆ ਗਿਆ ਔਰ ਗਲੀ ਦੀ ਸਾਲਗਿਰਾ ਮਨਾਈ ਗਈ। ਜੀ ਹਾਂ, ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਅਤੇ ਬਰਨਾਲਾ ਦੇ ਵਾਰਡ ਦੇ ਵਿੱਚ ਕੁਛ ਲੋਕਾਂ ਵੱਲੋਂ ਜਿਹੜੇ ਕਿ ਇਲਾਕੇ ਨਿਵਾਸੀ ਗਏ ਸੀ, ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਸਾਲ ਹੋ ਗਿਆ ਸਾਡੀ ਗਲੀ ਨੂੰ ਸਰਕਾਰ ਵੱਲੋਂ ਪੁੱਟਿਆ, ਅੱਜ ਸਰਕਾਰ ਨਹੀਂ ਬਣਾਉਂਦੀ ਪਈ। ਜਦੋਂ ਮੀਂਹ ਆਉਂਦਾ ਆ, ਬਾਰਿਸ਼ ਆਉਂਦੀ ਹੈ ਅਤੇ ਗੱਡੇ ਭਰ ਜਾਂਦੇ ਪਾਣੀ ਦੇ ਨਾਲ ਅਤੇ ਲੰਘਣਾ ਹੁੰਦਾ ਮੁਸ਼ਕਲ, ਜਿਸ ਲਈ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਰੋਸ ਜਿਤਾ ਰਹੇ ਇਸ ਤਰੀਕੇ ਦੇ ਨਾਲ ਕਿ ਅਸੀਂ ਇੱਕ ਸਾਲ ਦੀ ਸਾਲਗਿਰਾ ਗਲੀ ਪੁੱਟਣ ਦਿਵਸ ਜਿਹੜਾ ਹੈਗਾ ਮਨਾ ਰਹੇ ਹਾਂ। ਕੇਕ ਕੱਟ ਕੇ ਕੀ ਕਹਿਣਾ ਹੈ ਇਲਾਕਾ ਨਿਵਾਸੀ ਦਾ, ਉਹ ਜਾਣਦੇ ਹਾਂ। ਹਾਂਜੀ, ਮੈਂ ਤਾਂ ਕੀ ਨਾਮ ਆਪਣਾ, ਮੈਂ ਤਾਂ ਕਿਸ ਮਾਮਲੇ 'ਚ ਅੱਜ ਕੇਕ ਕੱਟਿਆ ਗਿਆ, ਕੀ ਕਹਿਣਾ ਤੁਹਾਡਾ ਇਸ ਬਾਰੇ? ਇਹ ਜੀ, ਗਲੀ ਪੁੱਟਣ ਦੇ ਮਾਮਲੇ ਦੇ ਵਿੱਚ ਕੇਸ ਕੱਟਿਆ ਗਿਆ, ਕੇਕ ਕੱਟਿਆ ਗਿਆ, ਕਿਉਂਕਿ ਸਾਲ ਹੋ ਗਿਆ ਗਲੀ ਪੱਟੀ ਨੂੰ ਅਤੇ ਕੋਈ ਵੀ MC ਜਾਂ ਮਿਊਂਸੀਪਲ ਕਮੇਟੀ ਵਾਲੇ ਕੋਈ ਵੀ ਇਹਨੂੰ ਬਣਾਉਣ ਲਈ ਨਹੀਂ ਆਏ। ਅਸੀਂ ਬਹੁਤ ਵਾਰੀ ਉੱਥੇ ਜਾ ਕੇ ਆਏ ਹਾਂ, ਗਏ ਵੀ ਹਾਂ, ਉੱਥੇ ਧਰਨਾ ਨਹੀਂ ਲਾਇਆ, ਉਂਝ ਵਾਸਤੇ ਜਾ ਕੇ ਉਹਨਾਂ ਨੂੰ ਕਿਹਾ ਗਾ, ਪਰ ਇੱਥੇ ਕੋਈ ਵੀ ਨਹੀਂ ਆਇਆ, ਇਹਨੂੰ ਦੇਖਣ ਦੇ ਲਈ ਵੀ ਨਹੀਂ ਆਏ ਹੈਗੇ। ਕਿੰਨਾ ਚਿਰ ਹੋ ਗਿਆ ਪੱਟੀ ਪਈ? ਸਾਲ ਹੋ ਗਿਆ। ਉਸ ਵੇਲੇ ਕੀ ਕਹਿੰਦੇ ਸੀ ਵੀ ਕਦੋਂ ਬਣਾ ਦਾਂਗੇ? ਉਸ ਵੇਲੇ ਕਹਿੰਦੇ ਸੀ ਵੀ 15 ਦਿਨਾਂ 'ਚ ਬਣ ਗਈ, ਮਹੀਨੇ 'ਚ ਬਣਾ ਦਿੰਦੇ ਹਾਂ, ਇੱਦਾਂ ਹੀ ਸਾਨੂੰ ਮਿੱਠੇ ਪੱਠੇ ਲਾਉਂਦੇ ਨੇ। ਹੁਣ ਕੀ ਹਾਲਾਤ ਨੇ ਅੱਜ ਉੱਥੇ? ਅੱਜ ਉੱਥੇ ਹਾਲਾਤ ਨੇ ਜੀ, ਮੀਂਹ ਜਦੋਂ ਆਉਂਦਾ ਪਾਣੀ ਬਹੁਤ ਆਉਂਦਾ ਅਤੇ ਬੱਚੇ ਡਿੱਗਦੇ ਨੇ ਵਿੱਚ, ਘਰਾਂ 'ਚ ਪਾਣੀ ਵੜ ਜਾਂਦਾ, ਜਿਹੜਾ ਸੀਵਰੇਜ ਦਾ ਪਾਣੀ ਆ ਉਹ ਵੀ ਘਰਾਂ ਦੇ ਵਿੱਚ ਵੜਦਾ ਹੈਗਾ, ਸਾਨੂੰ ਬਹੁਤ ਦਿੱਕਤ ਆਉਂਦੀ। ਮਤਲਬ ਟੱਲੇ 'ਤੇ ਵੀ ਆਏ ਸੀਗੇ, ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰੀ? ਨਹੀਂ ਜੀ, ਅਸੀਂ ਨਹੀਂ ਗਏ ਕਿਸੇ ਵੀ ਅਧਿਕਾਰੀ ਨੂੰ। ਹੋਰ ਹਾਂਜੀ, ਹੋਰ ਅਧਿਕਾਰੀਆਂ ਦਾ ਸਾਨੂੰ ਪਤਾ ਨਹੀਂ, ਗਏ ਉਹਨੇ ਗਏ ਸੀ ਜੀ, ਉਹ ਹਾਜ਼ਰ ਨੇ ਜੀ। ਪੁੱਛਦੇ ਆਪਾਂ ਨੂੰ ਕੀ ਗੱਲਬਾਤ ਆ, ਜਿਹੜਾ ਕੇਕ ਕੱਟਿਆ ਕਿਉਂ ਕੱਟਿਆ ਗਿਆ? ਅਮਰੀਕ ਸਿੰਘ ਜੀ, ਅੱਜ ਦਾ ਜਿਹੜਾ ਤੁਸੀਂ ਦਿਵਸ ਮਨਾ ਰਹੇ ਹੋ ਗਲੀ ਪੁੱਟ ਦਿਵਸ, ਇਹ ਕਾਹਦੇ ਲਈ ਮਨਾਇਆ ਗਿਆ ਜੀ? ਇਹ ਜੀ, ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਇੱਥੇ ਪਹੁੰਚਣ ਦੇ ਬਹੁਤ ਹੀ ਧੰਨਵਾਦ ਕਰਦਾ, ਜੋ ਸਾਡੇ ਕ੍ਰਿਕਟ ਦੇ ਸੱਦੇ 'ਤੇ ਇੱਥੇ ਪਹੁੰਚੇ ਆ। ਇਹ ਸਾਡਾ ਕੀ ਆ ਜੀ, ਪਿਛਲੇ ਸਾਲ 21 ਮਈ 2022 ਨੂੰ ਸਾਡੇ MC ਸਾਹਿਬ ਅਤੇ ਹੋਰ ਪਤਵੰਤੇ ਸੱਜਣਾਂ ਨੇ, ਇਹ ਸਾਡੀ ਪੱਕੀ ਗਲੀ ਸੀ ਜੀ, ਉਹਦੇ ਵਿੱਚ ਕਹਿੰਦੇ ਵੀ ਇੰਟਰਲੋਕ ਪਊਗੀ, ਸੀਵਰੇਜ ਪਾਇਆ ਹੋਈ ਹੈ ਪਹਿਲਾਂ ਹੀ, ਇਹ ਵੀ ਇੱਥੇ ਇੰਟਰਲੋਕ ਲੱਗੂਗੀ, ਉਹਨੂੰ ਪੱਟਣ ਲੱਗੇ, ਪੱਟ ਕੇ ਉਹਨਾਂ ਨੇ ਲੱਡੂ ਲੁੱਡੂ ਵੰਡ ਕੇ 21 ਮਈ ਨੂੰ ਮਹੂਰਤ ਕੀਤਾ ਸੀ ਜੀ। ਪਿਛਲੇ ਸਾਲ ਪੂਰਾ 1 ਸਾਲ ਹੋ ਚੁੱਕਿਆ ਜੀ, ਇੱਥੇ ਇੰਟਰਲੋਕ ਵੀ, ਇੱਥੇ ਕੋਈ ਕੁਛ ਵੀ ਨਹੀਂ ਆਇਆ, ਇੱਟਾਂ ਸੀ ਜਿਹੜੀਆਂ ਪੱਟ ਕੇ ਉਹ ਵੀ ਲੈ ਗਏ, ਅਤੇ ਹੁਣ ਉਹਦੀ ਖੁਸ਼ੀ ਦੇ ਵਿੱਚ ਹੀ ਅਸੀਂ ਅੱਜ ਗਲੀ ਪੁੱਟਣ ਦਿਵਸ ਮਨਾ ਰਹੇ ਹਾਂ ਜੀ, ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਅਸੀਂ ਆਏ ਸਾਲ ਇਸੇ ਤਰ੍ਹਾਂ ਹੀ ਗਲੀ ਪੁੱਟਣ ਦਿਵਸ ਮਨਾਉਂਦੇ ਰਹੀਏ, ਕੇਕ ਕੱਟਦੇ ਰਹੀਏ, ਆਨੰਦ ਮਾਣਦੇ ਰਹੀਏ, ਮਿੱਠਾ ਲਾਂਭਾ ਦੇ ਰਹੇ ਹੋ ਨਾਲੇ। ਨਹੀਂ, ਮਿੱਠਾ ਲਾਂਭਾ ਨਹੀਂ ਦੇ ਰਹੇ।